ਸਾਡੀ ਆਤਮਾ ਰੂਪੀ ਸ਼ਕਤੀ ਦਾ ਕਮਜ਼ੋਰ ਹੋਣਾ ਜਿਸ ਕਾਰਨ ਅਸੀਂ ਆਪਣੀ ਕਮੀ ਕਮਜ਼ੋਰੀ ਤੋਂ ਛੁਟਕਾਰਾ ਪ੍ਰਾਪਤ ਕਰਨ ਵਿੱਚ ਅਸਫਲ ਹਾਂ। ਬ੍ਰਹਮਾ ਕੁਮਾਰੀ ਅੰਮ੍ਰਿਤਸਰ ਸੇਵਾ ਕੇਂਦਰ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਕਿ ਰਾਜਯੋਗ ਅਤੇ ਮੈਡੀਟੇਸ਼ਨ ਦਾ ਲਾਭ ਉਠਾ ਕੇ ਤੁਸੀਂ ਆਪਣੀ ਆਤਮਾ ਨੂੰ ਸ਼ਕਤੀਸ਼ਾਲੀ ਬਣਾ ਸਕਦੇ ਹੋ ਜਿਸ ਨਾਲ ਤੁਸੀਂ ਆਪਣੀ ਕਿਸੇ ਵੀ ਪ੍ਰਕਾਰ ਦੀ ਬੁਰੀ ਆਦਤ ਨੂੰ ਤਿਆਗ ਸਕਦੇ ਹੋ। ਸੰਸਥਾ ਵੱਲੋਂ ਇਹ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ।
महान आत्माएं आई हैं, तब तक भोग लाओ ना, फिर टाइम नहीं करोगे इधर उधर। तो भी एक एक मोले दीजिए।